ਕਿੱਦਾਂ ਤੁਸੀਂ ਸਾਰੇ ਠੀਕ ਹੋ? ਸਤਿ ਸ਼੍ਰੀ ਅਕਾਲ, ਵੈਲਕਮ ਟੂ ਤੁਹਾਡੀ ਛੋਟੀ ਆਲੀਆ। ਗਾਇਜ਼, ਅਸੀਂ ਬਹੁਤ ਦਿਨਾਂ ਬਾਅਦ ਵਲੋਗ ਪਾ ਰਹੇ ਹਾਂ, ਕਿਉਂਕਿ ਇਹਦਾ ਮੇਨ ਰੀਜ਼ਨ ਇਹ ਹੈ ਕਿ ਸਾਨੂੰ ਸਾਡੇ ਕੋਲ ਕੰਟੈਂਟ ਹੀ ਨਹੀਂ ਹੁੰਦਾ ਕਿ ਅਸੀਂ ਕੀ ਬਣਾਈਏ। ਅੱਜ ਵੀ ਅਸੀਂ ਡੇਲੀ ਵਲੋਗ ਹੀ ਪਾ ਰਹੇ ਹਾਂ। ਅਤੇ ਆਲੀਆ ਡਰਾਇੰਗ ਕਰ ਰਹੀ ਆ। ਆਲੀਆ ਕਿੰਨੇ ਟਾਈਮ ਬਾਅਦ ਵਲੋਗ ਪਾ ਰਹੀ ਆ, ਹੈ ਨਾ ਆਲੀਆ? ਆਲੀਆ ਪੂਰੀ ਪੈਕ, ਮੰਮਾ ਨੇ ਇਹਨੂੰ ਪੈਕ ਕੀਤਾ ਪੂਰੀ, ਕਿਉਂਕਿ ਸਰਦੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਇੱਥੇ। ਅਤੇ ਕੰਬਲ 'ਚ ਹੀ ਰਜਾਈ 'ਚ ਹੀ ਬੈਠੀ ਆ, ਹੈ ਨਾ ਆਲੀਆ? ਰਜਾਈ 'ਚ ਹੀ ਬੈਠੇ ਬੈਠੇ ਇਹਨੂੰ ਸਾਰਾ ਕੁਝ ਇੱਥੇ ਹੀ ਕਰਨਾ, ਇਹਨੇ ਖਾਣਾ ਵੀ, ਆਪਣਾ ਕੰਮ ਵੀ ਇੱਥੇ ਹੀ ਬੈਠੇ ਬੈਠੇ ਕਰਨਾ। ਮੰਮਾ ਨੇ ਥੱਲੇ ਹੀ ਨਹੀਂ ਉਤਰਨ ਦੇਣਾ ਇਹਨੂੰ। ਹੁਣ ਕੀ ਤੂੰ ਕਰਦੀ ਪਈ ਆ? ਕਿਹਦਾ? ਕਿਹੜੇ ਬੱਚਿਆਂ ਦਾ? ਤੇਰਾ ਆਪਣਾ ਕੰਮ ਕੰਪਲੀਟ ਆ? ਅੱਛਾ, ਤੇ ਉਹਦਾ ਕੰਪਲੀਟ ਹੈਗਾ? ਅੱਛਾ। ਅਤੇ ਹਾਂਜੀ ਗਾਇਜ਼, ਅੱਜ ਆਲੀਆ ਨੇ ਸ਼ਾਰਟ ਪਾਈ, ਹੁਣ ਆਲੀਆ ਰੈਗੂਲਰ ਹੀ ਸ਼ਾਰਟ ਪਾਇਆ ਕਰੇਗੀ। ਅਤੇ ਪਹਿਲਾਂ ਇੱਕ ਇੱਕ ਦਿਨ ਛੱਡ ਕੇ ਪਾਉਂਦੀ ਹੁੰਦੀ ਸੀ, ਬਟ ਹੁਣ ਰੈਗੂਲਰ ਹੀ ਸ਼ਾਰਟ ਪਾਇਆ ਕਰੇਗੀ। ਕਿਉਂ ਆਲੀਆ ਪਾਏਗੀ? ਠੀਕ ਆ। ਅਤੇ ਦੱਸ ਤਾਂ ਸਹੀ, ਕਰਦੀ ਕਿਵੇਂ ਆ ਤੂੰ? ਅੱਛਾ। ਅਤੇ ਠੰਡ ਬਹੁਤ ਹੋਣ ਕਰਕੇ ਮੰਮਾ ਨੇ ਸਾਨੂੰ ਦੁੱਧ ਬਣਾ ਕੇ ਦਿੱਤਾ, ਗੁੜ ਵਾਲਾ ਦੁੱਧ ਮੈਨੂੰ ਬਹੁਤ ਪਸੰਦ ਆ। ਅਤੇ ਮੰਮਾ ਇੱਕ ਮੇਰਾ ਕੱਪ, ਇੱਕ ਮੰਮਾ ਦਾ, ਇੱਕ ਆਲੀਆ ਦਾ। ਦਾਦੀ ਨੂੰ ਮੰਮਾ ਨੇ ਕੱਪ ਦੇ ਦਿੱਤਾ ਆ, ਆਹ ਦੇਖੋ ਆਲੀਆ ਨਾਲੇ ਨਾਲ ਹੀ ਕਾਰਟੂਨ ਦੇਖ ਰਹੀ ਹੈ, ਇਹਨੂੰ ਕਾਰਟੂਨ ਇਹ ਵਾਲਾ ਬਹੁਤ ਪਸੰਦ ਆ। ਆਲੀਆ ਪਸੰਦ ਆ ਨਾ? ਕੀ ਭਲਾ? ਮੈਂ ਤਾਂ ਕਾਰਟੂਨ ਦੀ ਗੱਲ ਕਰਦੀ ਪਈ ਹਾਂ। ਤੇ ਟੌਪ ਟੂ ਤੇ ਕਿਹੜਾ? ਉਹ ਆਉਂਦਾ ਹੁਣ? ਨਹੀਂ ਰਹਿੰਦੇ। ਹਲੇ ਦੁੱਧ ਪੀ ਲਾ ਤੂੰ ਆਪਣਾ, ਤੇਰੇ ਠੰਡਾ ਹੁੰਦਾ ਪਿਆ। ਅਤੇ ਉਹ ਦੇਖੋ ਸ਼ਾਮ ਦੀ ਰੋਟੀ ਮੰਮਾ ਬਣਾ ਰਹੇ ਆ। ਅਮਾ ਆਲੀਆ ਦੁੱਧ ਨਹੀਂ ਪੀਂਦੀ ਪਈ, ਸੇਵਾ ਤੁਸੀਂ ਆ ਕੇ ਕਰੋ ਆਪਣਾ ਕੰਮ। ਦੇਖੋ ਮੰਮਾ ਰੋਟੀ ਪਕਾ ਰਹੇ, ਨਾਲੇ ਨਾਲ ਆਲੂ, ਗਾਜਰਾਂ, ਮਟਰ। ਆਲੂ ਹੈ ਨੀ? ਦੇਖੋ ਅੱਜ ਮੰਮਾ ਨੇ ਪਨੀਰ ਬਣਾਇਆ ਸੀ, ਕਿਉਂਕਿ ਦੁੱਧ ਹੁਣ ਸਰਦੀਆਂ ਆ ਗਈਆਂ, ਬਸ ਹੁਣ ਗਾਜਰਾਂ, ਮਟਰ, ਸਾਗ, ਸ਼ਲਗਮ, ਹੋਰ ਕੁਛ ਨੀ ਹੈਗਾ। ਆ ਵੀ ਅਚਾਰ ਕੱਲ ਕੱਲ ਪਾਇਆ ਸੀ ਨਾ, ਕੱਲ ਪਾਇਆ ਸੀਗਾ। ਗਾਜਰਾਂ ਦਾ ਅਚਾਰ ਸਾਨੂੰ ਗਾਇਸ, ਅਸੀਂ ਅਚਾਰ ਅਚਾਰ ਵਾਂਗ ਨਹੀਂ ਖਾਂਦੇ, ਅਸੀਂ ਸਬਜ਼ੀ ਵਾਂਗ ਖਾਂਦੇ ਹਾਂ, ਕੌਲੀਆਂ ਭਰ ਭਰ ਕੇ। ਹਾਂਜੀ, ਆਹ ਦੇਖੋ ਸਾਡੇ ਦਾਦੀ ਬੈਠੇ ਹੋਏ ਆ। ਤੇ ਆਲੀਆ ਹਜੇ ਤੱਕ ਇਹਦਾ ਦੁੱਧ ਦੁੱਧਾ ਦਾ ਉੱਦਾਂ ਹੀ ਆ, ਹੈ ਨਾ ਆਲੀਆ? ਅੱਛਾ, ਮੰਮਾ ਬੁਲਾਉਂਦੇ ਪਏ, ਰੋਟੀ ਲੈ ਜਾ। ਆਹ ਦੇਖੋ ਗਾਈਜ਼, ਆਲੀਆ ਹੁਣ ਆਪਣੀ ਰੋਟੀ ਲੈ ਕੇ ਆ ਚੁੱਕੀ ਆ, ਪਰ ਇਹਨੇ ਦੁੱਧ ਹਜੇ ਤੱਕ ਨਹੀਂ ਪੀਤਾ। ਅਤੇ ਤੁਸੀਂ ਸੋਣ ਹੀ ਲਿਆ ਹੋਣਾ, ਕਿ ਮੰਮਾ ਕਹਿੰਦੇ ਤੇਰੀ ਸੇਵਾ ਹੋਣੀ ਹੁਣ। ਪੀਣਾ ਤਾਂ ਤੈਨੂੰ ਪੈਣਾ ਹੀ ਆ। ਦਾਦੀ ਅਤੇ ਹੁਣ ਮੰਮਾ ਕਹਿੰਦੇ ਆ ਵੀ ਦਾਦੀ ਨੂੰ ਪੁੱਛਿਓ ਫੁਲਕਾ ਲੈਣਾ ਕਿ ਨਹੀਂ। ਦਾਦੀ ਇੱਥੇ ਬੈਠੇ ਆ। ਦਾਦੀ ਅਮਾ ਫੁਲਕਾ ਨਾ ਹੀ,
ठीक है। तो दादी कैमरे वाल वेख के सिर ढक लग पे है, सोहने लगते हैं दादी। फिर की होया दादू बाबा कितने आ? दादू बाहर दे, इधर देखो। हाँ देखो इधर भी टीवी लगा आया। आज नहीं लाई फिल्म कोई है? दादी शर्माई जाते पे कैमरे तो कुछ बोलते नहीं पे। फुलका नहीं ठीक है। ए हुण असीं मैसेज कन्वे करन लगे आ मम्मा नूं। मम्मा नहीं खाना ना मेरे एक ठीक आ, अद्धा तेरी ले लिया अद्धा मैं ले लूंगी। दो तेरे ते दो मेरे। क्या देखो आज आ मेरा कमरा है, और देखो मेरी फोटो। ते आ जिहड़ी आपां लड़ियां लगाईआं इह जदों साडे आ पिछले बर्थडे ते 26 नवंबर नूं असीं जगराता भी करवाया सी ते उत्ते लगियां सी कोठे ते, फिर आपां उतार के इहनूं इत्थे ला लईआं। पर पूरा हौच पौच होइआ है इत्थे। आलिया दा सूट दा सूटकेस, सूट दा सूटकेस, ते आलिया दे कपड़े जो कि आलिया ने समेट के नहीं रखे, मम्मा ने इहनूं कहा सी रख ला। आ देखो सूटा ना भरिया होया। यार देखो अज मम्मा ने किन्ने सारे कपड़े धोते, अज काम वाले आंटी नहीं ही आए, मम्मा ने आप ही कपड़े धोते, कपड़े तह लाए, तो हूँ इन्हों चिन्ने। यार देखो असं अज बाजार तो दो टोकरियां लैके आए से आने वेले, ये प्लास्टिक दियाँ, तो साडा समान ना इधर उधर फैलिया रहिंदा सी, तो इस करके असं अज दो टोकरियां लैके आए। तो आ देखो मिरर, ते आ भी जिहड़ी मैं हुडी पाई है, मम्मा ने मैनूं नवीं नवीं लैके दित्ती आ, मैनूं बहुत पसंद आ हुडी पाउणी। मैनूं पापा ने भी बहुत सारियां लैके दित्तियां, ते मम्मा इधर आ। मम्मा दे कपड़े नहीं हां पापा दे बाहर पाउणे है ना, पापा ने फिर ऑनलाइन मंगवा के दित्ते है ना। मैं ते ब्लॉग च कहता भी तुही तैं लाए ते तुही चिन्ने आ। कपड़े चिनन गे हूं ते आलिया की सेवा होनी है ना, आलिया दुध नहीं पींदी पई। शुरू हो जांदा इहदा, कोई गल नहीं जिस दिन लैन जावांगे पापा नूं उस दिन भी व्लॉग बनावांगे। तू कैमरा ही लाता सारा। ते हुण मैं भी दुध पीण लगी आ, मैनूं गरम गरम ही, मैं सारे नालों ज़्यादा गरम गरम ही पी लैनी आ। बट मेरा हुण दुध थोड़ा जिहा ठंडा हो गया। ठंडा हो गया पूरा, तैनूं ओदा भी तो प्यार मिलदा ही ओहदा। फाड़ ला पी होर कोई गल नहीं, आज तो तेन बुखार होया है ना। हलो अच्छा काम करने नु रखा मैंने तू एज अ सर्वेंट। काम कराने के तरीके रख दे आप ही होने। इधर भी तो झूठा कर देता। और जी गाइस, ते बस हूँ मैं रोटी खा ली है, मैं आलिया ने भी खा ली, मम्मा ने भी खा ली है।
ਤੇ ਆਲੀਆ ਹੁਣ ਉਹੀ ਆਪਣਾ ਡਰਾਇੰਗ ਦਾ ਕੰਮ ਲੈ ਕੇ ਬੈਠੀ ਆ। ਹੈ ਨਾ ਆਲੀਆ, ਤੂੰ ਡਰਾਇੰਗ ਦਾ ਆਪਣਾ ਕੀ ਕੰਮ ਕਰ ਰਹੀ ਆ? ਤੇ ਬਸ ਹੁਣ ਕੱਲ ਇਹਨੇ ਸਕੂਲ ਜਾਣਾ ਤੇ ਅੱਜ ਬਸ ਛੇਤੀ ਸੋ ਜਾਣਾ ਆ। ਅਜੇ ਟੀਵੀ ਲੱਗਾ ਤੇ ਅੱਜ ਆਲੀਆ ਨੇ ਸ਼ੋਰਟ ਪਾਏ ਆ, ਕੱਲ ਵੀ ਆਪਣੇ ਸ਼ੋਰਟ ਪਾਏਗੀ। ਆਹ ਦੇਖੋ ਮੈਂ ਅੱਜ ਆਹੀ ਦੇਖ ਰਹੀ ਸੀ ਕੀ ਚੇਨ ਅਸੀਂ ਔਨਲਾਈਨ ਮੰਗਾਇਆ ਆਪਣੀ ਸਕੂਟੀ ਦੀ ਚਾਬੀ ਨੂੰ ਪਾਇਆ ਰਿਮੋਟ ਵਾਲੀ ਸਕੂਟੀ ਲਈ ਤੇ ਆਹ ਦੇਖੋ ਈਵਲ ਆਈ ਵਾਲਾ ਕਿੰਨਾ ਸੋਹਣਾ, ਅਸੀਂ ਮੰਤਰਾ ਤੋਂ ਮੰਗਾਇਆ। ਦੇ ਉਹ ਦੇਖੋ ਗਾਇਜ਼ ਅਸੀਂ ਸ਼ੋ ਪੀਸ ਉੱਤੇ ਟਰੈਕਟਰ, ਇਹ ਵੀ ਅਸੀਂ ਜਦੋਂ ਆਪਣੀ ਪਰਦਾਦੀ ਦੇ ਫੁੱਲ ਤਾਰਨ ਗਏ ਸੀ ਹਰਿਦੁਆਰ ਉਦੋਂ ਲੈ ਕੇ ਆਏ ਸੀ, ਇਹ ਵੀ ਲੱਕੜ ਦਾ। ਉਹ ਦੇਖੋ ਹੁਣ ਆਲੀਆ ਬਸ ਆਪਣੇ ਕੰਮ 'ਚ ਲੱਗੀ ਹੋਈ ਆ ਫੁੱਲ ਕੰਸਨਟ੍ਰੇਸ਼ਨ। ਅਤੇ ਕੱਲ੍ਹ ਅੱਜ ਵੀ ਆਲੀਆ ਨੇ ਆਪਣੇ ਸ਼ੋਰਟ ਪਾਏ, ਹੁਣ ਆਲੀਆ ਆਪਣੇ ਸ਼ੋਰਟ ਰੈਗੂਲਰ ਪਾਇਆ ਕਰੇਗੀ। ਹੈ ਨਾ ਅੰਮਾ, ਰੈਗੂਲਰ ਪਾਏਗੀ ਨਾ? ਤੁਸੀਂ ਦੱਸਿਓ ਤੁਹਾਨੂੰ ਆਲੀਆ ਦੇ ਸ਼ੋਰਟ ਕਿੱਦਾਂ ਦੇ ਲੱਗ ਰਹੇ ਆ, ਅਗਰ ਵਧੀਆ ਲੱਗੇਗੀ ਤਾਂ ਇਹਨਾਂ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਉਦੋਂ ਤੱਕ ਲਈ ਆਪਣਾ ਖਿਆਲ ਰੱਖਿਓ, ਬਾਏ ਬਾਏ।